ਲੋਕ ਸਭਾ ਹਲਕਾ ਸੰਗਰੂਰ ਦੀ ਜਿਮਣੀ ਚੋਣ ਨੂੰ ਲੈ ਕੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਔਰ ਹਰ ਕਿਸੇ ਸਿਆਸੀ ਪਾਰਟੀ ਦੀ ਜਿਹੜੀ ਪੂਰੀ ਵਾਹ ਜਿਹੜੀ ਹੋਈ ਲੱਗੀ ਹੋਈ ਹੈ ਔਰ ਹਰ ਸਿਆਸੀ ਪਾਰਟੀ ਆਪੋ ਆਪਣੀ ਜਿੱਤ ਦਾ ਦਾਵਾ ਕਰ ਰਹੀ ਹੈ ਤੇ ਗੱਲ ਕੀਤੀ ਜਾਵੇ ਸ਼੍ਰੋਮਣੀ ਕਾਲ ਦਲ ਬਾਦਲ ਦੀ ਤਾਂ ਬੀਬੀ ਕਮਲਦੀਪ ਕੌਰ ਜਿਹੜੇ ਕੀ ਪਾਰਟੀ ਵੱਲੋਂ ਉਮੀਦਵਾਰ ਜਿਹੜੇ ਨੇ ਉਹ ਚੋਣ ਮੈਦਾਨ ਵਿੱਚ ਖੜੇ ਨੇ ਤਾਂ ਉਹਨਾਂ ਦੀ ਚੋਣ ਪ੍ਰਚਾਰ ਵਾਸਤੇ ਕਈ ਸਾਰੇ ਸਾਬਕਾ ਮੰਤਰੀ ਜਿਹੜੇ ਨੇ ਜੁਟੇ ਹੋਏ ਨੇ ਸਾਬਕਾ ਮੰਤਰੀ ਗੁਲਜਾਲ ਸਿੰਘ ਰਣਕੇ ਵੀ ਚੋਣ ਪ੍ਰਚਾਰ ਚ ਲੱਗੇ ਹੋਏ ਨੇ ਗੱਲਬਾਤ ਕਰ ਲੈਣੇ ਮੰਤਰੀ ਸਾਹਿਬ ਕਿਸੇ ਦਾ ਹੰਗਾਰਾ ਮਿਲ ਲਿਆ ਜੀ ਅੱਜ ਸੰਗਰੂਰ ਦੀ ਜਿਹੜੀ ਬਾਈ ਇਲੈਕਸ਼ਨ ਚੱਲ ਰਹੀ ਹੈ ਉਹਦੇ ਵਿੱਚ ਸਾਡੇ ਬਹੁਤ ਹੀ ਸਰਕਾਰਯੋਗ ਸਰਦਾਰ ਬਲਵੰਤ ਸਿੰਘ ਜੀ ਰਾਜਵਾਨ ਸਾਹਿਬ ਤੇ ਬਾਕੀ ਉਹਨਾਂ ਦੇ ਜਿਹੜੇ ਸਾਥੀ ਤਕਰੀਬਨ 28-28 ਸਾਲ ਤੋਂ 29-29 ਸਾਲ ਤੋਂ ਜੇਲ੍ਹਾਂ ਦੇ ਵਿੱਚ ਨੇ ਕੋਈ 30 ਸਾਲ ਵੀ ਹੋ ਗਏ ਕਈਆਂ ਨੂੰ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦਾ ਖੱਲਾ ਮੀਰਵਾਰ ਨਹੀਂ ਉਹ ਸ਼੍ਰੀ ਕਲਤਾ ਸਾਹਿਬ ਦੇ ਜੈਦਰ ਸਾਹਿਬ ਯਾਨੀ ਹਰਪ੍ਰੀਤ ਜੀ ਉਹਨਾਂ ਨੇ ਇੱਕ ਸ਼੍ਰੋਮਣੀ ਕਮੇਟੀ ਨੂੰ ਹੁਕਮ ਕੀਤਾ ਕਿ ਉਹ ਸਾਰੀਆਂ ਜਥੇਬੰਦੀਆਂ ਨੂੰ ਲੈ ਕੇ ਤੇ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪਰਾਲੇ ਜਿਹੜੇ ਇੱਕ ਪੰਥਕ ਕਮੇਟੀ ਬਣਾ ਕੇ ਉਹਨਾਂ ਨਾਲ ਕੀਤੀ ਜਾਵੇ ਉਹਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਕਾਫੀ ਕਮੇਟੀ ਦੇ ਇਸ਼ਾਰੇ ਮੈਂਬਰ ਸਾਹਿਬਾਨ ਸੰਤ ਸਮਾਜ ਦੇ ਵੀ ਨਿਯੰਗ ਸਿੰਘ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਹੋਰ ਵੀ ਸੰਪਰਦਾਵਾਂ ਜਿਹੜੀਆਂ ਸੀ ਆਈਆਂ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਬਤੌਰ ਇੱਕ ਮੈਂਬਰ ਗਿਆ ਔਰ ਮਾਨ ਸਾਹਿਬੀ ਔਰਜੇ ਵਿੱਚ ਮੈਂਬਰ ਸੀ ਔਰ ਸਾਰਿਆਂ ਨੇ ਫੈਸਲਾ ਲਿਆ ਸੀ ਕਿ ਜਿਹੜਾ ਸਿੰਘ ਖਾਬਲ ਉਹ ਹੁਕਮ ਹੈ ਔਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਉਹਨਾਂ ਦੀ ਸੇਵਾ ਜਿਹੜੀ ਲਈ ਸ਼੍ਰੋਮਣੀ ਕਮੇਟੀ ਨੇ ਸਾਰੇ ਇਕੱਠੇ ਕੀਤੇ ਤੇ ਉਹਦੇ ਵਿੱਚ ਇੱਕ ਉਮੀਦਵਾਰ ਜਿਹੜਾ ਸੰਝਾ ਜਿਹੜਾ ਤਾਰਿਆ ਜਾਵੇ ਬੰਦੀ ਸਿੰਘਾਂ ਦੇ ਪਰਿਵਾਰਾਂ ਦੇ ਵਿੱਚੋਂ ਕੋਈ ਉਹਨਾਂ ਦੀ ਰਾਇ ਲੈ ਕੇ ਉਹ ਉਤਾਰਿਆ ਜਾਵੇ ਉਹ ਵਰਕ ਵੀ ਥੋੜੀ ਹੋਈ ਵੀ ਮਾਨ ਸਾਹਿਬ ਪਹਿਲਾਂ ਹੀ ਆਪਾਂ ਉਹਨੂੰ ਉਹਨਾਂ ਨੇ ਵੱਖਰਾ ਆਪਣਾ ਅਨਾਉਂਸ ਕਰ ਲਿਆ ਜੀ ਔਰ ਉਹ ਸਾਰੇ ਗਏ ਵੀ ਸੀ ਉਹਨਾਂ ਨੂੰ ਬੇਨਤੀ ਕਰਨ ਵਾਸਤੇ ਵੀ ਮਾਨ ਸਾਹਿਬ ਤੁਸੀਂ ਜਿੱਤੋ ਹੀ ਲੜਨਾ ਚਲੋ ਆਪਾਂ ਸਲਾਹ ਸਾਰੀ ਕਰਕੇ ਤੇ ਉਹਨਾਂ ਨੇ ਕੋਈ ਫੈਸਲਾ ਕਰ ਲਿਆ ਬੰਦੀ ਸਿੰਘਾਂ ਦੇ ਪਰਿਵਾਰਾਂ ਨਾਲ ਵੀ ਸਾਰੇ ਉਹਨਾਂ ਨੇ ਪਰਕਰ ਮਾਨ ਸਾਹਿਬ ਫਿਰ ਉਹ ਮੰਨੇ ਨਹੀਂ ਮੜਕੇ ਉਹ ਬੀਬੇ ਜੀ ਵੀ ਘਰੇ ਗਏ ਉਹਨਾਂ ਦੇ ਬੀਬਾ ਆਪਣੇ ਕਬਲਦੀਪ ਕੌਰ ਜੀ ਵੀ ਵੀ ਸਾਡੀ ਝੋਲੀ ਚ ਮਲ ਪਾ ਦੋਗੇ ਜਿਹੜੇ ਬੰਦੀ ਸਿੰਘਾਂ ਦਾ ਹੈ ਫਲੇ ਮਸਲਾ ਕਿਉਂਕਿ ਉਹ ਮਾਨ ਸਾਹਿਬ ਦਾ ਵੀ ਉਰੋਂ ਤਨ ਜਿਆਦਾ ਹੋਣਾ ਤਨ ਤਾਰਨ ਤੋਂ ਅੰਮ੍ਰਿਤਸਰ ਦੇ ਵਿੱਚੋਂ ਜਦੋਂ ਉਹਨਾਂ ਨੂੰ ਵੀ ਉਹ ਸਾਰੀ ਸੰਗਤਾਂ ਨੇ ਬਹੁਤ ਵੱਡਾ ਸੰਜੋਗ ਦੇ ਕੇ ਤੇ ਮਾਨ ਸਾਹਿਬ ਅੰਪੀ ਬਣੇ ਫਿਰ ਬਾਹਰ ਆਏ ਉਹ ਵੀ ਦੌਰ ਚੋਂ ਲੰਗੇ ਹੀ ਮਾਨ ਸਾਹਿਬ ਦੀ ਕੁਰਬਾਨੀ ਦਾ ਥੋੜਾ ਸਤਕਾਰ ਆ ਪ੍ਰਮਾਣ ਪਰ ਮਾਨ ਸਾਹਿਬ ਨਹੀਂ ਹੁਣ ਉਹ ਸਾਰੀਆਂ ਜਥੇਬੰਦੀਆਂ ਲੋ ਬੀਬਾ ਜੀ ਜਿਹੜੀ ਛੋਣ ਆ ਸ਼੍ਰੋਮਣੀ ਅਕਾਲੀ ਦਲ ਤੇ ਬਾਕੀ ਜਥੇਬੰਦੀਆਂ ਸਮਾਜ ਜਾਂ ਹੋਰ ਸਾਰੇ ਧਾਰਮਿਕ ਜਥੇਬੰਦੀਆਂ ਜਿੰਨੀਆਂ ਵੀ ਆ ਨਿਆਂ ਸਿੰਘ ਜਥੇਬੰਦੀਆਂ ਦੇ ਉਹਨਾਂ ਦੇ ਉਮੀਦਵਾਰ ਨੇ ਬੀਬਾ ਕਬਲਦੀਪ ਕੌਰ ਜੀ ਜਿਹੜੇ ਰਾਜਵਾਨ ਸਾਹਿਬ ਦੇ ਪੰਜੀ ਨੇ ਔਰ ਬੜਾ ਲੰਮਾ ਉਹਨਾਂ ਨੇ ਸੰਤਾਪ ਜਿਹੜਾ ਪੰਥ ਵਾਸਤੇ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਇਨਸਾਨਾਬ ਵਾਸਤੇ ਅੰਡਾਇਆ ਤੁਸੀਂ ਕਿੰਨੀ ਦਿਨ ਚੋਂ ਚੋਣ ਪ੍ਰਚਾਰ ਕਰ ਰਹੇ ਹੋ ਕਿਸੇ ਦਾ ਹੰਗਾਰਾ ਮਿਲਿਆ ਇੱਕ ਤਕਰੀਬਨ 60 ਦਿਨ ਤੋਂ ਚੋਣ ਜਿਹੜੀ ਉਹਦੇ ਪ੍ਰਚਾਰ ਦੇ ਵਿੱਚ ਚੱਲ ਰਹੇ ਆ ਔਰ ਲੋਕਾਂ ਦਾ ਮਦਰ ਦੀ ਆ ਵੀ ਮਤਲਬ ਉਹਨਾਂ ਦੀ ਜਿਹੜੀ ਰਿਹਾਈ ਵਾਸਤੇ ਜਿਹੜਾ ਤੁਸੀਂ ਪ੍ਰਲਾ ਕੀਤਾ ਸਾਰੇ ਰੜ ਕੇ ਸਿੰਘ ਸਾਹਿਬ ਵੱਲੋਂ ਤੇ ਸ਼ਰਮਿੰਦਗਪਤਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਲਾਗਾ ਜੋ ਹੋ ਗਿਆ ਤੇ ਸਾਰੇ ਉਹਦੇ ਚ ਸਾਹ ਜਿਹੜੇ ਦੇ ਰਹੇ ਆ ਪੂਰਾ ਇਮਾਨਦਾਰੀ ਨਾਲ ਦੇ ਰਹੇ ਆ ਪਾਰਟੀਆਂ ਤੋਂ ਤਾਂ ਉਲਟ ਕੇ ਧੜੇਵਾਜੀਆਂ ਤੋਂ ਤਾਂ ਉਲਟ ਕੇ ਬਾਕੀ ਜਿੰਦ ਤੋਂ ਤਾਂ ਉਲਟ ਕੇ ਵੀ ਬਣਨੀ ਬਣਨੀ ਚਾਹੀਦੀ ਆ ਉਹਨਾਂ ਦਾ ਜਿਹੜੀ ਰਿਹਾਈ ਵਾਸਤੇ ਜਿਹੜਾ ਪ੍ਰਲਾ ਕੀਤਾ ਬਹੁਤ ਵਧੀਆ ਸ਼ਰਮਿੰਦ ਸਿੰਘਾਂ ਦੀ ਰਿਹਾਈ ਵਿੱਚ ਅਰਚਨ ਕੀ ਆ ਰਹੀ ਏ ਕੌਣ ਅਰਚਨ ਪਤਾ ਕਰੇ ਉਹ ਕੋਈ ਵੀ ਜੋਣ ਜਿਹੜੀ ਉਹਨਾਂ ਦੀ ਕਾਨੂੰਨ ਪ੍ਰਕਿਰਿਆ ਹੈ ਉਹ ਵੀ ਤਕਰੀਬਨ ਪੂਰੀ ਬੋਲ ਕਰ ਚੁੱਕੇ ਨੇ ਮਤਲਬ ਕੋਈ 10 ਸਾਲ ਦੇ ਅਗੇ 15 ਜੋ ਵੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਪਤਾ ਨਹੀਂ ਕੀ ਕਰਨੇ ਆ ਕਿੱਥੇ ਆਣ ਕੇ ਅੜ ਜਾਂਦੇ ਨਾ ਦੇ ਕੇਜਰੀਵਾਲ ਸਾਹਿਬ ਕੋ ਫਾਈਲ ਜਿਹੜੀ ਪ੍ਰੋਫੈਸਰ ਪੁੱਲਰ ਸਾਹਿਬ ਦੀ ਨਹੀਂ ਗਈ ਨਾ ਉੱਥੇ ਸੈਂਟਰ ਦਾ ਵੀ ਕੋਈ ਨਹੀਂ ਮਤਲਬ ਉਹਨਾਂ ਦੇ ਨਾਮ ਮੋਦੀ ਸਾਹਿਬ ਦਾ ਇਹਦੇ ਪਾਸੇ ਧਿਆਨ ਵੀ ਇੰਨਾ ਇੰਨਾ ਚੇਰ ਕਰਕੇ ਜਾਂਦੇ ਜੋ ਉਹਨਾਂ ਨੇ ਕੀਤਾ ਉਹਦੀ ਉਹਨਾਂ ਨੇ ਕਾਨੂੰਨੀ ਤੌਰ ਤੇ ਸਜ਼ਾ ਵੀ ਪੂਰੀ ਕਰ ਲਈ ਸਾਰਾ ਕੁਝ ਹੋ ਗਿਆ ਪਤਾ ਨਹੀਂ ਕਾਰਨ ਕੀ ਹੈ ਕਿ ਉਹ ਕਿਉਂ ਮਤਲਬ ਸਰਕਾਰਾਂ ਨਾ ਦੇ ਕੇਜਰੀਆ ਸਾਹਿਬ ਦੀ ਉੱਥੇ ਦਿੱਲੀ ਵਾਲੇ ਵੀ ਨਹੀਂ ਕੋਈ ਕਰਦੇ ਨਾ ਉੱਥੇ ਜਿਹੜੀ ਸੈਂਟਰ ਸਰਕਾਰਾਂ ਨਾ ਉਹ ਕੁਝ ਕਰਦੀ ਤੁਸੀਂ ਸਮਝੋ ਵੀ ਇੱਕ ਐਮਪੀ ਸੰਗਰੂ ਜਿਮਨੀ ਚੋਣਾਂ ਵਿੱਚ ਜਿੱਤ ਕੇ ਜਾਊਗਾ ਤੇ ਉਹ ਕਰ ਦੂਗਾ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਉੱਥੇ ਜਾ ਕੇ ਜਦੋਂ ਸੈਂਟਰ ਚ ਐਮਪੀ ਬਤੌਰ ਜਾਊਗਾ ਬੰਦੀ ਸਿੰਘਾਂ ਦੇ ਵੱਲੋਂ ਤੇ ਉੱਥੇ ਜਦੋਂ ਪਾਰਲੀਮੈਂਟ ਦੇ ਵਿੱਚ ਆਵਾਜ਼ ਉੱਠੇਗੀ ਸਾਰੀ ਮਤਲਬ ਬਤੌਰ ਵੀ ਉਹਨਾਂ ਦੇ ਪਰਿਵਾਰਾਂ ਚੋਂ ਆਈ ਤੇ ਕੁਦਰਤੀ ਗੱਲ ਹੈ ਕਿ ਉਹ ਪਾਰਲੀਮੈਂਟ ਦੇ ਵਿੱਚ ਜਦੋਂ ਜਾਂਦੇ ਆ ਮਤਲਬ ਉੱਥੇ ਸਵਾਲ ਜਵਾਬ ਹੁੰਦੇ ਨੇ ਕੁਐਸਚਨ ਹੁੰਦੇ ਨੇ ਉਦੋਂ ਜੇ ਐਮਪੀ ਵੀ ਨਾਲ ਅਸੀਂ ਦਰਦੀ ਦੇ ਤੌਰ ਤੇ ਹੁੰਦੇ ਵੀ ਉਹਨਾਂ ਨੂੰ ਕਰਨਾ ਚਾਹੀਦਾ ਆਵਾਜ਼ ਬਣ ਕੇ ਉੱਥੇ ਜਾਏਗੀ ਉਹ ਮੇਰਾ خیال ਕਿ ਮਾਨ ਸਾਹਿਬ ਦੀ ਹੋਈ ਫਿਰ ਉੱਥੇ ਉਹ ਸ਼ੁਰੂਆਤ ਇੱਕ ਹੋ ਜਾਏਗੀ ਵਧੀਆ ਅੱਛੀ ਚਿੰਗਿਆ ਉਹਦੇ ਨਾਲ ਪੰਡਾ ਚ ਵੀ ਕਾਫੀ ਹੰਗਾਰਾ ਜਿਹੜਾ ਉਹ ਵਧੀਆ ਟੰਗਣਾ ਜਿਹੜਾ ਸੀਐਮ ਸਾਹਿਬ ਜਿਹੜੇ ਹੁਣ ਆਵਾਜ਼ ਦੀ ਪਾਰਟੀ ਦੇ ਸੀਐਮ ਨੇ ਭਗਵੰਤ ਮਾਨ ਉਹ ਤੇ ਕਹਿੰਦੇ ਨੇ ਵੀ ਸੁਖਬੀਰ ਬਾਦਲ ਜਿਹੜੇ ਪਾਰਟੀ ਪ੍ਰਧਾਨ ਨੇ ਉਹ ਵੀ ਐਮਪੀ ਨੇ ਉਹਨਾਂ ਦੀ ਪਤਨੀ ਜਿਹੜੀ ਹਰਸੀ ਮੁਰੂਦ ਬਾਦਲ ਉਹ ਵੀ ਐਮਪੀ ਨੇ ਉਹ ਕਿਹ ਉਹ ਆਵਾਜ਼ ਨਹੀਂ ਉਠਾ ਸਕਦੇ ਲੋਕ ਸਭਾ ਵਿੱਚ ਉਹ ਪਹਿਲਾਂ ਤੋਂ ਹੀ ਉਠਾਉਂਦੇ ਆ ਰਹੇ ਨੇ ਇਹ ਨਹੀਂ ਵੀ ਅੱਜ ਨਵੀਂ ਗੱਲ ਆ ਪਹਿਲਾਂ ਤੋਂ ਤੁਹਾਨੂੰ ਯਾਦ ਹੋਣਾ ਰਾਜਵਾਨ ਸਾਹਿਬ ਨੇ ਜਦੋਂ ਪੰਛੀ ਦਾ ਉਹਨਾਂ ਨੇ ਹੁਕਮ ਦਿੱਤਾ ਜੀ ਉਹਨੂੰ ਛੰਡੇ ਬਣਾ ਦੇ ਵਿੱਚ ਬੜਾ ਰੋਸ ਹੋਇਆ ਸੀ ਉਦੋਂ ਬਾਦ ਸਾਹਿਬ ਹੋਰ ਵੀ ਜਿੱਥੇ ਆਪਣੀਆਂ ਪਾਰਟੀਆਂ ਜਾ ਕੇ ਪ੍ਰਧਾਨ ਮੰਤਰੀ ਨੂੰ ਔਰ ਹੋਮ ਮਿਨਿਸਟਰ ਤੇ ਆਪਣਾ ਰਾਸ਼ਟਰਪਤੀ ਨੂੰ ਮਿਲੇ ਸੀ ਤੇ ਉਹ ਮੁੜ ਕੇ ਤਬਦੀਲ ਹੋਈ ਸਜਾ 'ਚ ਪਰ ਉਹਨਾਂ ਦੇ ਉਹਦੇ ਐਮਪੀਆਂ ਨੇ ਜਿਹੜੇ ਪੰਜਾਬ 'ਚ ਜਾਣੇ ਤੇ ਇਕੈਲੀ ਦਲ ਦੇ ਕੋਈ ਵੀ ਪੰਜਾਬੀਆਂ ਦਾ ਵਾਹੀ ਫਰਜ਼ ਬੰਦਾ ਉਹਨਾਂ ਤੋਂ ਵੱਲ ਉਹ ਤਾਂ ਉੱਠਣੀ ਉੱਠਣੀ ਪਰ ਜਿਹੜਾ ਪਰਿਵਾਰਾਂ ਵੱਲੋਂ ਜਾ ਕੇ ਪੀੜਤਾ ਆਪਣੀ ਜੁਬਾਨੀ ਦੱਸਣਾ ਉਹ ਗੱਲ ਉਹਦੀ ਕੋਈ ਅਹਿਮੀਅਤ ਹੋ ਰਿਆ ਇਸ ਕਰਕੇ ਫੈਸਲਾ ਜਿਹੜਾ ਇਹ ਲੋਤੀ ਵਿਰੋਧੀ ਵਿਰੋਧੀ ਇਹੀ ਆਖਦੇ ਨੇ ਵੀ ਜਦੋਂ ਵੀ ਇਲੈਕਸ਼ਨ ਆਉਂਦੇ ਨੇ ਤੇ ਅਕਾਲੀ ਦਲ ਨੂੰ ਪੰਥ ਚੇਤੇ ਆ ਜਾਂਦਾ ਨਹੀਂ ਇਹ ਨਹੀਂ ਗੱਲ ਪੰਥ ਦੇ ਮਤਲਬ ਉਹਦੇ ਹਮੇਸ਼ਾ ਹੀ ਜੇ ਕਾਲੀ ਦਲ ਨੇ ਪਹਿਰਾ ਦਿੱਤਾ ਇਹ ਸੋਚਤੇ ਜਾਂ ਕਾਲੀ ਦਲ ਨੇ ਪੰਜਾਬੀਆਂ ਵਾਸਤੇ ਪੰਜਾਬ ਵਾਸਤੇ ਪੰਜਾਬ ਦੀ ਡਵਲਪਮੈਂਟ ਵਾਸਤੇ ਸ਼ਾਂਤੀ ਵਾਸਤੇ ਉਹ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਖੇਤਰੀ ਪਾਰਟੀ ਹੈ ਪਰ ਹੋਰ ਕੋਈ ਉਮਦਾ ਏਜੰਡਾ ਹੈ ਨਹੀਂ ਉਹ ਅਕਾਲੀ ਦਲ ਕੋ ਸਿਰਫ ਇਹੀ ਏਜੰਡਾ ਰਹਿ ਗਿਆ ਮੈਂ ਪਹਿਲੇ ਸੁਣ ਲਓ ਇੱਕੋ ਹੀ ਪਾਰਟੀ ਹੈ ਜਿਹੜੇ ਪੰਜਾਬ ਦੇ ਹਿੱਤ ਲਈ ਖੜੀ ਹੁੰਦੀ ਹੈ ਭਾਵੇਂ ਕੋਈ ਮਸਲਾ ਆਉਂਦਾ ਔਰ ਕਾਂਗਰਸ ਵੀ ਜਿਹੜੀ ਉਹਨੇ ਸੈਂਟਰ ਪਹਿਲਾਂ ਦੇਖਣਾ ਆਮ ਵਾਲੇ ਵੀ ਹੁਣ ਤੁਹਾਨੂੰ ਪਤਾ ਹੋਵੇ ਜਿਹੜੀ ਬਾਗਡੋਰ ਹੈ ਸਾਰੀ ਜੜਾ ਉਥੇ ਸੈਂਟਰ ਚ ਉਹ ਪੰਜਾਬ ਵਾਸਤੇ ਉਹਨਾਂ ਨੂੰ ਕੋਈ ਲੈਣ ਨਹੀਂ ਪਾਰਟੀ ਕਹਿੰਦੀ 3 ਮਹੀਨੇ ਜਿਹਨੇ ਕੰਮ ਕਰਾਤੇ 70 ਸਾਲ ਚ ਨਹੀਂ ਕੰਮ ਕਰਾ ਪਾਈਆਂ ਜਿਹੜੀਆਂ ਜ਼ੁਲਤੀ ਪਾਦੀਆਂ ਉਹ ਤੁਹਾਨੂੰ ਦੱਸ ਦਿੰਨੇ ਔਰ ਜਿਹੜੀ ਦੂਜੀ ਬੀਜੇਪੀ ਉਹ ਵੀ ਸੈਂਟਰ ਤੋਂ ਚਲਦੀ ਪੰਜਾਬ ਦੇ ਹਿੱਤ ਲਈ ਪਾਰਟੀ ਖੜੀ ਆ ਜਿਹੜੀ ਵਿਰੋਧੀ ਪਾਰਟੀਆਂ ਖੜੀਆਂ ਕੀ ਉਹਨਾਂ ਨੂੰ ਪੰਜਾਬ ਦਾ ਹਿੱਤ ਤੇ ਦੱਸੋ ਨਾ ਵੀ ਮਤਲਬ ਪੰਜਾਬ ਦੀ ਲੜਾਈ ਤੇ ਹਮੇਸ਼ਾ ਹੀ ਇਕਾਲੀ ਦਾਲੀ ਖੜਾ ਆਇਆ ਇਹ ਇਹ ਹੁਣ ਤੋਂ ਨਹੀਂ ਜਦੋਂ ਦੇ ਗੈਦੀ ਆਪਣੇ ਬੰਦੀ ਸਿੰਘਾਂ ਦੀ ਗੱਲ ਚੱਲਦੀ ਇਕਾਲੀ ਦਾ ਨਰੋਧ ਵਾਠਾਉਂਦਾ ਰਿਹਾ ਇਹਦੇ ਫੈਸਲਾ ਹੀ ਵੀ ਇੱਕ ਤਾਂ ਸਾਰੇ ਰਲ ਕੇ ਕੋਈ ਬੰਦਾ ਉਹਨਾਂ ਪਰਿਵਾਰਾਂ ਦੇ ਵਿੱਚ ਆ ਜਾਵੇ ਸਵਾਲ ਇਹ ਆ ਕਿ ਸਭ ਕਿਆ ਪੰਜਾਬ ਦੇ ਹੋਰ ਕੋਈ ਮੁੱਦੇ ਨਹੀਂ ਨਜ਼ਰ ਆਏ ਪਾਰਟੀ ਨੂੰ ਹੋਰ ਕੋਈ ਨ મુદ્ਦੇ ਨਜ਼ਰ ਆ ਰਹੇ ਕਿ ਨਹੀਂ ਆ ਰਹੇ? ਮੁੱਦੇ ਨਾਲ ਪਾਣੀ ਦੇ ਮੁੱਦੇ ਨੇ ਪਾਣੀ ਦੇ ਮੁੱਦੇ ਨੇ ਰੋਜ਼ਗਾਰ ਦੇ ਮੁੱਦੇ ਨੇ ਹੋਰ ਕਾਫੀ ਮੁੱਦੇ ਨੇ ਜਿਹੜੇ ਮਤਲਬ ਇਹ ਵੇਲੇ ਪੱਖ ਦੇ ਪਰ ਇਹ ਵੇਲੇ ਮਤਲਬ ਜਿਹੜਾ ਇਹ ਵੇਲੇ ਹੁਣ ਮੁੱਦਾ ਹੈ ਉਹ ਜਿਹੜੇ ਜਿਹੜੇ ਦੂਜੇ ਮੁੱਦਿਆਂ ਦੇ ਨਾਲ ਨਾਲ ਹੀ ਵੀ ਇੱਕ ਮੁੱਦਾ ਹੈ ਬੜਾ ਵੱਡਾ ਮੁੱਦਾ ਹੈ ਪੰਥ ਦੀ ਪੰਜਾਬੀਆਂ ਦੀ ਪੰਜਾਬੀਆਂ ਦੀ ਵਾਸਤੇ ਸਿੱਖ ਵਾਸਤੇ ਉਹਨਾਂ ਦੀ ਆਵਾਜ਼ ਵੀ ਦਾਪਾ ਨੂੰ ਇਨਸਾਨੀਅਤ ਉਹਦੇ ਥਾਣੀ ਚੂ ਗੁਗਨਾ ਥੋੜਾ ਵੀ ਉਹਨਾਂ ਦੀ ਆਵਾਜ਼ ਥੋਣ ਲੱਗੀ ਵਿਰੋਧੀ ਕਰਨ ਲੱਗੀ ਹੁਣ ਮਤਲਬ ਆਵਾਜ਼ ਕੋ ਹੋਰ ਮੁੱਦੇ ਕਿਉਂ ਛੱਡ ਉਹ ਵੀ ਸਾਡੇ ਦੇ ਹਿੱਸੇ ਚ ਨੇ ਉਹ ਮੁੱਦੇ ਵੀ ਬਾਰੀ-ਬਾਰੀ ਮਤਲਬ ਚੱਲਦੇ ਆ ਰਹੇ ਹੁਣ ਜਦੋਂ ਆਪਣੀ ਸਰਕਾਰ 10 ਸਾਲ ਸੀ ਤੇ ਤਿਗਰੀ ਮਢਾਈ ਆਪਣਾ ਢਾਈ ਦੇ 2 ਲੱਖ ਦੇ ਕਰੀਬ ਪਰਤੀ ਹੋਈ ਕੀ ਹੁਣ ਵਿਰੋਧੀ ਪਾਰਟੀ ਨੇ 5 ਸਾਲ ਦੇ ਵਿੱਚ ਕੋਈ ਕੀਤਾ ਪਰਤੀ ਹੁਣ ਇਹਨਾਂ ਨੇ ਕੋਈ ਕੀਤਾ ਹੁਣ ਦਿੱਲੀੋਂ ਦੱਸਦੇ ਮੈਨੂੰ ਪਤਾ ਲੱਗਾ ਕਿ ਉਹੜੇ ਆਈਟੀ ਵਾਲੇ ਜਿਹੜੇ ਉਹ ਦਿੱਲੀੋਂ ਪਰਤੀ ਕਰ ਲੱਗੇ ਨੇ ਉਹ ਜਿਹੜੇ ਐਮਪੀ ਬਣਾ ਕੇ ਉਹ ਬਾਤ ਇਹ ਪੰਜਾਬ ਦੇ ਹਿੱਤ ਕੀ ਕਿਥੇ ਨਾ ਕੋ ਕਿਥੇ ਹੈਗੇ ਨਹੀਂ ਕੋਈ ਦੱਸਣ ਤੇ ਵੀ ਪੰਜਾਬ ਲਈ ਆਹ ਗੱਲ ਕੀਤੀ ਜਾਂ ਪੰਜਾਬ ਲਈ ਤਿੰਨ ਮਹੀਨਾ ਦਾ ਤੁਸੀਂ ਰਿਜ਼ਲਟ ਦੇਖ ਲਿਆ ਇੱਕ ਵੀ ਗੱਲ ਜਿਹੜੀ ਇਹਨਾਂ ਨੇ ਗਾਰੰਟੀਆਂ ਗਾਰੰਟੀਆਂ ਫਾਰਮ ਭਰੀ ਹਰ ਦੇ ਵੀ ਹੋਈ ਪੂਰੀ ਕਾਲੀ ਦਲ ਨੇ ਜੋ ਅਸੀਂ ਭ੍ਰਸ਼ਟਾਚਾਰ ਤੇ ਨਿਕੈਲ ਕਸਤੀ ਰੇਤ mafia ਤੇ ਨਿਕੈਲ ਕਸਤੀ 32 ਵੀ ਅਗਲੇ ਮਹੀਨੇ ਤੋਂ ਮੁਫਤ ਦੇਣ ਜਾ ਰਹੇ ਆ ਉਹ ਅਗਲੇ ਮਹੀਨੇ ਦੇਣ ਜਾ ਰਹੇ ਨਾ ਜੀ ਉਹਦੇ ਜਦੋਂ ਹਰ ਸਰਕਾਰ ਦਾ ਫਰਜ਼ ਹੁੰਦਾ ਵੀ ਜਿਹੜੇ ਜਿਹੜੇ ਭਗ ਦੇ ਕਰੰਟ ਮੁੱਦੇ ਨੇ ਰੇਤ ਦੇ ਜਾਂ ਹੋਰ ਉਹਦੇ ਫਰਜ਼ੀ ਬੰਦਾ ਆਪਣਾ ਉਹ ਚ ਨਿਕੈਲ ਕਿਹੜੀ ਕਿਛੀ ਗਈ ਰੇਤਾ ਦੋਤੋਂ ਮਹਿੰਗੀ ਹੋ ਗਈ ਜਾਂ ਫਰਦਾਈ ਵੀ ਉਹ ਤੋਂ ਸਸਤੀ ਹੋ ਜਾਂਦੀ ਫਿਰ ਤਾਂ ਹੀ ਮੰਨ ਜਾਂਦੇ ਤੋਰ ਦੇਤਾ ਤੇ ਅੱਜ ਤੋਂ ਹੀ ਤੋਹੀ ਵੀ ਸ਼ਾਇਦ ਪਰਣੀ ਲਈ ਕਿ ਨਹੀਂ ਅਜੇ ਲਈ ਨਹੀਂ ਉਹ ਅਜੇ ਅਜੇ ਉਹ ਤੋਂ ਵੀ ਦੋ ਦੋ ਗੁਣਾ ਵੱਧ ਗਈ ਤੁਸੀਂ ਲਈ ਕਿ ਕਾਇਆ ਕੰਮ ਕੰਮ ਕਰਵਾ ਚੁੱਕੇ ਹੋ ਰੋਜ਼ ਹੀ ਵਰਕਰ ਉਹ ਜਿਹੜੇ ਕਹਿੰਦੇ ਵੀ ਸਾਡਾ ਉਹ ਕੰਮ ਹੀ ਛੱਡ ਦਿੱਤਾ ਵਿੱਚ ਭਾ ਕੀ ਭਾਮੇ ਦੀ ਵੀ ਰੇਟ ਹੋਣਾ ਤੋਰਾਂ ਦੇ ਦੋਣਾ ਕਿ ਦੋਣਾ ਰੇਟ ਹੋ ਗਿਆ ਦਾਤੇ ਇੰਨਾ ਇੰਨਾ ਫਰਕ ਆ ਇਸ ਕਰਕੇ ਕਹਿਣ ਦੀਆਂ ਗੱਲਾਂ ਨੇ ਕੰਮ ਪ੍ਰੈਕਟੀਕਲੀ ਕਰਨਾ ਕੋਈ ਜ਼ਰੂਰਤ ਪ੍ਰੈਕਟੀਕਲੀ ਨਹੀਂ ਹੋਈ ਹਜੇ ਤੱਕ 3 ਮਹੀਨੇ ਵਿੱਚ ਆਮਦਨੀ ਪਾਰਟੀ ਪ੍ਰੈਕਟੀਕਲੀ ਨਹੀਂ ਮਾਨ ਸਾਹਿਬ ਨੇ ਦੋਸ਼ ਕੀਤੀ ਸੀ ਤੇ ਦੋਰੀਸ਼ ਕੀਤੀ ਸੀ ਬਾਦ ਸਾਹਿਬ ਦੇ ਸੰਗ ਦਰਸ਼ਨ ਦੀ ਹਾਂ ਜੀ ਤੇ ਉਥੇ ਪੰਜਾਬ ਭਵਨ ਚ ਇੱਕ ਦਿਨ ਕਰਕੇ ਉਦੋਂ ਹੀ ਆਕੇ ਮੁਰਕੇ ਕੀਤਾ ਨਹੀਂ ਤੇ ਬਾਲ ਸਾਧ ਪਿੰਡਾਂ ਪਿੰਡ ਗਏ ਅੱਜ ਕੱਲ ਇੱਕ ਬੜੀ ਫੋਟੋ ਵਾਇਰਲ ਹੋ ਰਹੀ ਹੈ ਕੇਜਰੀਵਾਲ ਅਤੇ ਮਾਨ ਸਾਹਿਬ ਜਿਹੜੇ ਨੇ ਕਿ ਉਹ ਰੋਡ ਸ਼ੋਅ ਕੱਢ ਰਹੇ ਨੇ ਕੇਜਰੀਵਾਲ ਗੱਡੀ ਦੇ ਵਿੱਚ ਘਰ ਨੇ ਪਰ ਮਾਨ ਸਾਹਿਬ ਤਾਂ ਕੀ ਨਾਲ ਲਟਕੇ ਹੋਏ ਨੇ ਤੇ ਇੱਥੋਂ ਦੇਖ ਲਓ ਵੀ ਪੰਜਾਬੀਆਂ ਦਾ ਕੀ ਸਤਕਾਰ ਆ ਪੰਜਾਬ ਇੱਕ ਸ਼ੂਬੇ ਦੇ ਸਟੇਟ ਦੇ ਉਹ ਮੁੱਖ ਮੰਤਰੀ ਨੇ ਕੇਜਰੀਵਾਲ ਸਾਹਿਬ ਜਿਹੜੇ ਦਿੱਲੀ ਦੇ ਇੱਕ ਮੁੱਖ ਮੰਤਰੀ ਜਿਹੜੀ ਕਾਰਪੋਰੇਸ਼ਨ ਤਨਾ ਕਾਰਪੋਰੇਸ਼ਨ ਦਾ ਹੁਣ ਪਤਾ ਲੱਗਾ ਹੈ ਸੈਂ ਦੋ ਇੱਕ ਇੱਕੋ ਹੀ ਕਰਦੇ ਲੱਗੇ ਆ ਉਹਦੇ ਮੁੱਖ ਮੰਤਰੀ ਨੇ ਫੇਰ ਮੇਰਾ ਹੁਮਰ ਚ ਵੀ ਕੇਜਰੀਵਾਲ ਸਾਹਿਬ ਤੋਂ ਵੱਡੇ ਹੋਣੇ ਆ। ਔਰ ਵੱਡੇ ਸ਼ੂਬੇ ਦੇ ਮਤਲਬ ਸਟੇਟ ਮਿਨਿਸਟਰ ਨੇ ਤੇ ਉਹ ਕਦ ਮਨਾਂ ਪੰਜਾਬੀਆਂ ਦਾ ਸ਼ਿਰ ਨਿਵਾ ਹੋਇਆ ਉਹ ਪੰਜਾਬੀਆਂ ਦੀ ਜਿਹੜੀ ਮਤਲਬ ਜਿਹੜੀ ਲੋਕਾਂ ਦੇ ਵਿੱਚ ਮੈਸੇਜ ਜਿਹੜਾ ਉਹ ਗਲਤ ਗਿਆ ਵੀ ਉਹ ਨਾਲ ਉਹਨਾਂ ਦੇ ਖਲੋ ਜਾਂਦੇ ਜਾਂ ਮਗਲੀ ਗੱਡੀ ਚ ਬਹਿ ਜਾਂਦੇ। ਉਹ ਕੋਈ ਚੰਗੀ ਮੁੱਖ ਮੰਤਰੀ ਦਾ ਸਿਰਤ ਨਾਲ ਥੋੜੀ ਗੱਲ ਹੈ। ਉਹਦੇ ਮਤੇ ਆਪਣੇ ਸਮੁੱਚੇ ਪੰਜਾਬ ਦੀ ਤੇ ਪੰਜਾਬੀਆਂ ਦੀ ਤਕੀਨ ਹੋਈ। ਕੀ ਜਵਬ ਦਾ ਕੀ ਹੈ ਕਿਉਂਕਿ ਸਾਖ ਦਾਤ ਲੱਗੀ ਹੁੰਦੀ ਸਰਕਾਰ ਦੀ ਔਰ ਸਾਰੀ ਮਸ਼ੀਨਰੀ ਵੀ ਜਿਹੜੀ ਹੈ ਉਹ ਸਰਕਾਰ ਦੇ ਨਾਲ ਚੱਲਦੀ ਹੈ ਜਦੋਂ ਬਾਈਲੈਕਸ਼ਨ ਹੁੰਦੇ ਆ ਸਰਕਾਰ ਅਸਲੀ ਜਿਹੜੀ ਹੈ ਨਾ ਜੋ ਸਾਰਿਆਂ ਨੂੰ ਪਤਾ ਵੀ ਉਹਨੀਆਂ ਜੜਾਂ ਜਿਹੜੀਆਂ ਦਿੱਲੀ 'ਚ ਨੇ ਉੱਥੋਂ ਹੀ ਸਾਰਾ ਕੁਝ ਚੱਲਦਾ ਉੱਥੋਂ ਹੀ ਹੁੰਦਾ ਮਾਨ ਸਾਹਿਬ ਤੇ ਵਿਚਾਰਾ ਉਹ ਜਿੱਤਰਾ ਹੁਣ ਕੱਜ ਜਿੱਤਰਾ ਉੱਥੇ ਗੱਡੀ ਜਿੱਤਰਾ ਲੰਮਕਣਾ ਜਿੱਤਰਾ ਸਕਿਉਰਟੀ ਵਾਲੇ ਲੰਮਕੀ ਗੱਲ ਥੋੜੀ ਮੰਦੀ ਇਹ ਤੇ ਮੁੱਖ ਮੰਤਰੀ ਤੋਂ ਹੀ ਮੁੱਖ ਮੰਤਰੀ ਦਾ ਕੋਈ ਆਪਣਾ ਪ੍ਰਵੇਖ ਹੁੰਦਾ ਮੁੱਖ ਮੰਤਰੀ ਦਾ ਆਪਣਾ ਸਤਕਾਰ ਹੁੰਦਾ ਉਦੇ ਨਾਲ ਖੜੇ ਹੋ ਜਾਂਦੇ ਉਤਰ ਹੁੰਦੇ ਮਨਾਂ ਵੀ ਉਹ ਮਾਨ ਸਾਹਿਬ ਦਾ ਚਲੋ ਹੈਗਾ ਹੀ ਹੈਗਾ ਸ਼ਮੂਚੇ ਪੰਜਾਬੀਆਂ ਦਾ ਸ਼ਰਨੀਵਾ ਸਾਰੀ ਦੁਨੀਆ ਚ ਹੈ। ਕੀ ਸਮਝੋ ਇਸ ਵਾਰ ਉਲਟਾ ਫੇਰ ਹੋਏਗਾ ਇਲੈਕਸ਼ਨਾਂ ਵਿੱਚ? ਐਗ ਤਾਂ ਤੁਸੀਂ ਦੇਖ ਹੀ ਰਹੇ ਹੋ ਲੋਕਾਂ ਦਾ ਜੋ ਹਾਲਾਤ ਨੇ ਇਹ ਵੇਲੇ ਦਫਤਰ ਕਿਹਦੇ ਖੋਲਣ ਨਹੀਂ ਦਿੱਤੇ ਕਈ ਸਾਂ ਵਿਰੋਧ। ਐਗ ਤਾਂ ਕਾਫੀ ਫਰਕ ਹੈ ਲੋਕ ਸਮਝ ਚੁੱਕੇ ਨੇ ਵੀ ਮਤਲਬ ਇਹ ਘੜੀ ਘੜੀ ਡਰਾਮੇਬਾਜ਼ੀ ਜਿਹੜੀ ਹੈ ਜਾਂ ਘੜੀ ਘੜੀ ਝੂਠ ਜਿਹੜਾ ਜਾਂ ਗਾਰੰਟੀਆਂ ਜਿਹੜੀਆਂ ਭਰਨੀਆਂ ਉਹ ਬਾਰ ਬਾਰ ਨਹੀਂ ਬਿਆਨ ਦੇਣੇ ਹੋਰ ਗੱਲ ਹੈ। ਮੀਡੀਆ ਜਿਹਾ ਹੁਣ ਹੋਰ ਗੱਲ ਆ ਜਿਹਨੂੰ ਪ੍ਰੈਕਟੀਕਲੀ ਗੱਲਾਂ ਲੋਕਾਂ ਦੀਆਂ ਲੋੜਾਂ ਦੇ ਅਨੁਸਾਰ ਜਾਂ ਲੋਕਾਂ ਦੇ ਪੀੜੇ ਸਮਝਣੇ ਲੋਕਾਂ ਦੀ ਮਤਲਬ ਮੁਸ਼ਕਲਾਂ ਸਮਝਣੀਆਂ ਉਹਨੂੰ ਹੱਲ ਕਰਨਾ ਉਹ ਗੱਲਾਂ ਹੋਰ ਨਹੀਂ ਕਰਕੇ ਹੋਰ ਚੱਲੀ ਇੱਕ ਵੀ ਗੱਲ ਉਹ ਪੂਰੀ ਨਹੀਂ ਕਰਦਾ ਗ੍ਰਾਫ ਦਿਖਿਆ ਜਾਵੇ ਅਕਾਲੀ ਦਲ ਦਾ ਵੀ ਲਗਾਤਾਰ ਹੇਠਾਂ ਨੂੰ ਜਾ ਰਿਹਾ 2017 ਤੋਂ ਬਾਅਦ ਕੋਈ ਕਿਤੇ ਵੀ ਅਕਾਲੀ ਦਲ ਨਜ਼ਰ ਨਹੀਂ ਆਇਆ ਪਹਿਲੇ 17 ਸੀਟ 15 ਸੀਟਾਂ ਸੀਗੇ ਹੁਣ 3 ਰਹਿ ਗਏ ਸੇ ਮੁੜ ਕੇ ਨਹੀਂ ਗ੍ਰਾਫ ਥਲੇ ਨਹੀਂ ਹੋਣਾ ਤੇ ਇੱਕ ਮੰਤ ਦੇ ਵਿੱਚ ਪੰਜਾਬ ਦੇ ਪੰਜਾਬੀਆਂ ਦੀ ਗੱਲ ਆਈ ਆਗੇ ਇਹ ਵੀ ਮਤਲਬ ਨਵੀਂ ਪਾਰਟੀ ਕਾਂਗਰਸੀ ਵੀ ਵੇਖੀ ਅਕਾਲੀ ਦਲ ਵੀ ਵੇਖ ਪੀਕ ਨਵੀਂ ਪਾਰਟੀ ਦਾ ਮਤਲਬ ਤਬਦੀਲੀ ਲਈਏ ਕ੍ਰਾਂਤੀ ਮਤਲਬ ਤਬਦੀਲੀ ਚਾਹੁੰਦੇ ਇਹ ਲੋਕ ਪੀ ਕੋਈ ਗੱਲ ਵੇਖੀ ਕੋਈ ਉਹਨਾਂ ਉਮੀਦਵਾਰ ਨਹੀਂ ਦੇਖਿਆ ਕੋਈ ਗੱਲ ਨਹੀਂ ਦੇਖੀ ਵੀ ਝਾੜੂ ਝਾੜੂ ਤਬਦੀਲੀ ਕਰਕੇ ਇਹ ਨਵੀਂ ਸੋਚ ਲਈਏ ਨਵੀਂ ਗੱਲ ਕਰੀਏ ਸ਼ਾਇਦ ਉਹਨਾਂ ਪਾਰਟੀਆਂ ਤੋਂ ਕਾਲੀ ਦਲ ਤੋਂ ਜਾਂ ਘਾਹਰ ਤੋਂ ਕੋਈ ਵਧੀਆ ਗੱਲ ਕਰਨਗੇ ਲੋਕਾਂ ਦੀ ਇੱਕ ਮੂਵਮੈਂਟ ਬਣ ਗਈ ਇੱਕ ਲਹਿਰ ਬਣ ਗਈ ਤੂਫਾਨ ਵਾਂਗੂ ਚੱਲਿਆ ਕੰਮ ਉਹ ਹੁਣ ਤੂਫਾਨ ਵਾਂਗੂ ਡਾਊਨ ਹੁਣ ਫਲ ਚੱਲ ਰਿਹਾ ਇਹੋਲੇ ਕਿੰਨਾ ਜਿਹੜਾ ਥੱਲੇ ਨੂੰ ਆਰੀ ਗਰਾਵਡ ਜਿਹੜੀ ਉਹ ਥੱਲੇ ਨੂੰ ਜਿਹੜੀ ਚੀਜ਼ ਛੇਤੀ ਉੱਪਰਦੀ ਹੈ। ਹੂੰ ਹੂੰ। ਤੂਫਾਨ ਨੂੰ ਆਉਂਦੇ ਤੂਫਾਨ ਜ਼ਿਆਦਾ ਚ ਨਹੀਂ ਚੱਲਦਾ ਜੇ ਤੂਫਾਨ ਜ਼ਿਆਦਾ ਚ ਚੱਲਦੇ ਨੁਕਸਾਨ ਕਰ ਜਾਂਦਾ। ਉਹ ਉਹ ਤੂਫਾਨ ਨੂੰ ਇੱਕ ਆਈ ਲੋਕ ਮੰਦੇ ਵਿੱਚ ਵੀ ਪਰ ਨਹੀਂ ਕੀ ਇਹਨਾਂ ਨੇ ਕਰ ਦੇਣਾ। ਉਹਨਾਂ 'ਚ ਹੁਣ ਗੱਲ ਕੋਈ ਨਹੀਂ ਹੁਣ ਉਹਦੇ 'ਚੋਂ ਲੋਕੋ ਵਾਪਸ ਆ ਰਹੇ। ਜੋ ਤੁਸੀਂ ਮੁੱਦਾ ਰੱਖਿਆ ਜੋੜਾ ਤੁਸੀਂ ਮੁੱਦਾ ਰੱਖਿਆ ਬੰਦੀ ਸਿੰਘਾਂ ਦਾ ਕਿ ਲੋਕ ਜਾਂ ਮੋਟਰ ਪ੍ਰਭਾਵਿਤ ਹੋਣਗੇ ਇਸ ਵਾਰ ਸੰਗਰੂਰ ਦੇ ਲੋਕ ਔਰ ਇਸ ਵਾਰ ਕਮਬੈਕ ਕਰੂਗੀ ਅਕਾਲੀ ਦਲ? ਨਹੀਂ ਪ੍ਰਭਾਵਤ ਵਾਸਤੇ ਚੋਣਨੀ ਆਪਾਂ ਲੜ ਰਹੇ ਅਕਾਲੀ ਦਲ ਪ੍ਰਭਾਵਤ ਅ ਚੜਦੀ ਕਲਾ ਸੋਣਾ ਹੀ ਹੋਣਾ ਅਕਾਲੀ ਦਲ ਸ਼ੀਧਾਂ ਦੀ ਸੋਚ ਦੀ ਪਾਰਟੀ ਆ ਅਕਾਲੀ ਦਲ ਦੇ ਵਿੱਚ ਕੋਈ ਮੈਂ ਮੇਰੇ ਵਰਗਾ ਮੜਾ ਹੋ ਸਕਦਾ ਮੈਂ ਮੜਾ ਹੋ ਸਕਦਾ ਕਿ ਹੋਰ ਕਾਲੀ ਦਲ ਜਿਹੜਾ ਨਾ ਉਹ ਖੂਨ ਦੀਆਂ ਜੜਾਂ ਤੇ ਪਤਾਲ ਦੀਆਂ ਜਿਹੜਾ ਜਿਹ ਅਕਾਲੀ ਦਲ ਦੀਆਂ ਜਿਹੜਾ ਸ਼ੀਧਾਂ ਦੀ ਸੋਚ ਦੀ ਜਥੇਬੰਦੀ ਹੈ ਕੋਈ ਕਮਰੇਜ ਬੈਗ ਨਹੀਂ ਬਣੀ ਇਹ ਬੜੀਆਂ ਕਰਮਾਨੀਆਂ ਦੇ ਕੇ ਬਣੀ ਹੈ ਇਸ ਕਰਕੇ ਅਕਾਲੀ ਦਲ ਕਦੀ ਮੜਾ ਨਹੀਂ ਹੋਣਾ ਅਕਾਲੀ ਦਲ ਮੈਂ ਹਮੇਸ਼ਾ ਹੀ ਚੜਦੀ ਕਲਾ ਚ ਰਹੇਗਾ ਇਸ ਕਰਕੇ ਇਹ ਇਹ ਜਥੇਬੰਦੀ ਜਿਹੜੀ ਚੋਣ ਲੜ ਰਹੀ ਜਿਹੜੀ ਤੁਸੀਂ ਗੱਲ ਕੀਤੀ ਆ ਜੀ ਇਹ ਚੋਣ ਜਿਹੜੀ ਆ ਇਨਸਾਨੀਅਤ ਦੇ ਤੌਰ ਤੇ ਵੀ ਉਹਨਾਂ ਦੇ ਬੰਦੀ ਸਿੰਘਾਂ ਦੇ ਪਰਵਾਰਾਂ ਨੂੰ ਵਿਹਾਈ ਵਾਸਤੇ ਜਾਂ ਸਾਰੇ ਜਿਹੜੋ ਧਾਰਮਿਕ ਤੌਰ ਤੇ ਹੁਕਮੀ ਹੋ ਗਿਆ ਉਹਨਾਂ ਦਾ ਸਿੰਘ ਸਾਹਿਬ ਦਾ ਸ਼ਰਮਣੀ ਕਮੇਟੀ ਨੇ ਇਕੱਠੇ ਮੈਂਬਰ ਵਿੱਚ ਇਕੱਠੇ ਹੋਏ ਕਿ ਕਿ ਇਹ ਸਾਂਝੇ ਉਮੀਦਵਾਰ ਨੇ ਕੱਲੇ ਸ਼ਰਮਣੀ ਕਾਲੀ ਦਲ ਦੇ ਨਹੀਂ ਗਏ ਪੰਜਾਬ ਦਾ ਮੁੱਖ ਮੰਤਰੀ ਕੌਣ ਜਾਬਦਾ ਭਗਵੰਤ ਮਾਨ ਆ ਤੁਹਾਨੂੰ ਅਰਵਿੰਦ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਤੇ ਤੁਹਾਨੂੰ ਬੜਾ ਮੁੰਨੂ ਪਤਾ ਵੀ ਆਏ ਫੋਲੇ ਜਿਹੜੇ ਨੇ ਮੁੱਖ ਮੰਤਰੀ ਕਾਗਜ਼ੀ ਪੱਤਰੀ ਤੇ ਭਗਵੰਤ ਮਾਨ ਜੀ ਤੇ ਚਲਾਉਂਦੇ ਇਹ ਤੇ ਕੇਜਰੀਵਾਲ ਸਾਹਿਬ ਹੀ ਹੈ ਹੂੰ ਹੂੰ ਸਹੀ ਹੈ ਕਿਉਂ ਪੰਜਾਬ ਦੇ ਲੋਕਾਂ ਦੀ ਭਾਵਨਾ ਨਾ ਠੀਕ ਖਲਵਾ ਨਹੀਂ ਕੀਤਾ ਜਾ ਰਿਹਾ ਰੱਬੀ ਹੁਣ ਸਾਰੀਆਂ ਗੱਲਾਂ ਸਮਝਣ ਲੱਗ ਪਏ ਤਾਂ ਹੁੰਦੇ ਸਾਹਿਬ ਵੀ ਐਮਪੀ ਵੀ ਜਿਹੜੇ ਬਣੇ ਸੱਤ ਬਣੇ ਚਲੋ 1 2 ਜੇ ਬਣਾਉਣਾ ਬਾਰ ਬਣਾ ਦੋ ਕੋਈ ਪੰਜਾਬ ਦੇ ਵਿੱਚ ਵਰਕਰਾਂ ਚੋ ਕਿ ਪੰਜਾਬੀ ਦੀ ਜਿਨ੍ਹਾਂ ਨੂੰ ਪੰਜਾਬ ਦੇ ਸ਼ੂਬੇ ਨਾਲ ਹਿੱਤ ਹੋਵੇ ਪੰਜਾਬ ਦੀ ਗੱਲ ਕਰੇ ਹੁਣ ਆ ਦਿੱਲੀ ਪੰਜਾਬ ਦੀ ਯੂਨੀਵਰਸਿਟੀ ਹੈ ਜੀ ਉਹ ਪੰਜਾਬ ਦੇ ਨਾਂ ਤੇ ਤੇ ਹੈ ਵੀ ਪੰਜਾਬ ਦੀ ਔਰ ਉਹ ਉਹ ਉੱਥੇ ਨਾ ਕੇਜਰੀਵਾਲ ਬੋਲਦੇ ਨਾ ਮਾਨ ਸਾਹਿਬ ਬੋਲਦੇ ਆ ਜ਼ਰੂਰ ਡੈਮਦਲ ਵਾਲਾ ਉੱਥੇ ਵੀ ਨੂੰ ਪੰਜਾਬ ਦੇ ਮਨਾਂ ਵੀ ਪੰਜਾਬ ਨੂੰ ਖੋਰਾ ਲੱਗ ਰਿਹਾ ਹੈ। ਹੂੰ। ਮਤਲਬ ਪੰਜਾਬ ਦੇ ਜਿਹੜੇ ਹੱਕ ਆ ਪੰਜਾਬ ਨੂੰ ਹੋਰ ਤੋਂ ਨਵਾਂ ਦੇਣਾ ਕੀ ਕੀ ਕਰਨਾ ਜਿਹੜੇ ਪਹਿਲਾਂ ਉਹ ਵੀ ਉਹ ਵੀ ਜਾ ਰਹੇ ਨੇ ਉੱਥੇ ਵੀ ਚੁੱਪ ਨੇ ਮਤਲਬ ਖੁੱਲ ਕੇ ਨਹੀਂ ਤੇ ਸਾਰੀਆਂ ਪਾਰਟੀਆਂ ਨੇ ਕਿਹਾ ਸੀ ਵੀ ਤੁਸੀਂ ਆਲ ਪਾਰਟੀ ਮੀਟਿੰਗ ਸੰਧੋ ਉਹਦੇ ਵਿੱਚ ਸਾਰਿਆਂ ਦਾ ਸਹਿਯੋਗ ਲਓ ਨਾਲ ਖੜੋ ਜਿੱਥੇ ਜਾਣਾ ਪੰਜਾਬ ਦੀ ਗੱਲ ਕਰੀ ਆ ਆਪਾਂ ਪਹਿਲਾਂ ਪੰਜਾਬੀ ਆਪਾਂ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੀ ਸ਼ਾਂਤੀ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੇ ਰੋਜ਼ਗਾਰ ਵਾਸਤੇ ਜਾਂ ਹੋਰ ਜਿਹੜੇ ਮਸਲੇ ਹੋਰ ਲਿਖੇ ਤਾਡੇ ਨਾਲ ਸੰਯੋਗ ਕਰਨ ਦੀ ਤਿਆਰ ਪਰ ਉਹ ਅੱਜ ਇੱਥੇ ਮਸਲੇ ਚੁੱਪ ਨੇ ਪੰਜਾਬ ਦੇ ਇਹਨਾਂ ਕਿ ਹਿੱਤਾਂ ਦਾ ਪਿਛਲੀ ਵਾਰੀ 3 ਨੰਬਰ ਤੇ ਰਹੀ ਸੀ ਪਾਰਟੀ ਐਦ ਕੀ ਸਮਝਦੋ ਕੁਝ ਉਲਟ ਫੇਰ ਹੋਏਗਾ ਇਹ ਲੋਕਾਂ ਨੇ ਦੱਸ ਦੇਣਾ ਫੈਸਲਾ ਦਾ ਅਜਾਣਾ 26 ਤਰੀਕ ਨੂੰ ਤੁਹਾਡੇ ਸਾਹਮਣੇ ਹੋਣਾ ਸਾਰਾ ਕੁਝ ਲੋਕਾਂ ਦਾ ਬਹੁਤ ਦਬਲੀ ਆ ਪਿਛਲੀ ਤੁਹਾਨੂੰ ਦੱਸਿਆ ਪਿਛਲੀ ਵਾਰੀ ਇੱਕ ਲਹਿਰ ਸੀ ਲਹਿਰ ਦੇ ਮੁਤਾਬਕ ਇਹਨੇ ਕੋਈ ਗੱਲ ਨਹੀਂ ਬਲ ਤਬਦੀਲੀ ਚਾਹੁੰਦੇ ਸੀ ਮੁਕ ਦੀ ਗੱਲ ਹੈ ਵੀ ਝਾੜੂ ਝਾੜੂ ਹੀ ਉਹ ਹੋਈ ਇਹ ਚ ਕੁ ਦੌਰ ਤੇ ਪਾਰਟੀ ਨੇ ਫੈਸਲਾ ਮਨਜ਼ੂਰ ਕੀਤਾ ਸੰਗਤਾਂ ਦੇ ਫੈਸਲੇ ਤਾਂ ਕਿ ਸਿਰ ਚ ਘਾਇ ਸਾਰਿਆਂ ਨੇ ਵੀ ਠੀਕ ਕੀਤਾ ਜੋ ਸੰਗਤਾਂ ਜੋ ਫੈਸਲਾ ਕਿਉਂਕਿ ਡੈਮੋਕਰੇਸੀ ਦੇ ਵਿੱਚ ਜੋ ਲੋਕ ਸੰਗਠਨਾ ਕਰਦੇ ਉਹ ਹੀ ਮੰਨਦੇ ਉਹਦੇ ਮੁਤਾਬਕ ਉਹ ਠੀਕ ਪਰ ਹੁਣ ਤੁਸੀਂ ਦੇਖਿਆ ਅੱਧੇ 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 ਉੱਤੇ ਫਰਕ ਪਊਗਾ ਅੱਧੇ ਜਾਰਾਜ ਨੂੰ ਬਿਲਕੁਲ ਤੇ ਇਹਨੇ ਸਾਬਕਾ ਮੰਤਰੀ ਗੁਲਜਾਰ ਸਿੰਘ ਰਣਕੇ ਜਿਹੜੇ ਕੀ ਭੈਣ ਕਮਲਦੀਪ ਕੋਰ ਦੀ ਜਿਹੜੇ ਚੋਣ ਪ੍ਰਚਾਰ ਵਿੱਚ ਲਗਾਤਾਰ ਜੁਟੇ ਹੋਏ ਨੇ ਔਰ ਉਹਨਾਂ ਵੱਲੋਂ ਇਹੀ ਅੱਖਾਂ ਜਾ ਰਿਹਾ ਵੀ ਉਹਨ 3 ਮਹੀਨੇ ਵਿੱਚ ਹੀ ਪੰਜਾਬ ਦੇ ਲੋਕਾਂ ਦਾ ਮੋਹ ਜਿਹੜਾ ਉਹ ਆਮ ਆਦਮੀ ਪਾਰਟੀ ਤੋਂ ਪੰਗ ਹੋ ਗਿਆ ਅਤੇ ਉਹਨਾਂ ਨੇ ਇੱਕ ਵੱਡੀ ਗੱਲ ਆਖੀ ਹੈ ਜੋ ਕਿ ਸੀਐਮ ਪੰਜਾਬ ਨੇ ਭਗਵੰਤ ਮਾਨ ਉਹ ਕਾਗਜ਼ੀ ਪਤਰੀ ਮੁੱਖ ਮੰਤਰੀ ਨੇ ਜਦਕਿ ਪੰਜਾਬ ਨੂੰ ਅਰਵਿੰਦ ਕੇਜੀ ਵੱਲ ਚਲਾ ਰਹੇ ਨੇ ਤੇ ਲੋਕਾਂ ਦੀ ਭਾਵਨਾ ਨੂੰ ਲਗਾਤਾਰ ਖਿਲਵਾੜ ਕੀਤਾ ਜਾ ਰਿਹਾ ਪੰਜਾਬ ਵਾਸੀ ਦੀ ਭਾਵਨਾ ਨੂੰ ਲਗਾਤਾਰ ਖਿਲਵਾੜ ਕੀਤਾ ਜਾ ਰਿਹਾ ਅਜੀਹਾ ਆਖਣਾ ਗੁਲਜਾਰ ਸਿੰਘ ਰਣਕੇ ਦਾ ਔਰ ਇਹਨਾਂ ਵੱਲੋਂ ਇਹ ਵੀ ਆਖਿਆ ਜਾ ਰਿਹਾ ਇਹ ਸਵਾਰ ਜਿਹੜੀ ਅਕਲ ਦਲ ਬਾਦਲ ਦੇ ਉਮੀਦਵਾਰ ਨੇ ਉਹਨਾਂ ਦੀ ਜਿੱਤ ਜਿਹੜੀ ਹੈ ਉਹ ਜਰੂਰ ਜਿਹੜੇ ਲੋਕ ਜਿਹੜੇ ਨੇ ਉਹਨਾਂ ਨਾਲ ਚੱਲਣਗੇ ਅਤੇ ਜਿੱਤ ਯਕੀਨੀ ਬਣਾਉਣਗੇ ਕੈਮਰਾ ਪਰਸਨ ਵਿਪਨ ਸ਼ਰਮਾ ਨਾ ਸਿਕੰਦਰ ਪਸਰੀਚਾ ਆਧਿਆਨਿਕ ਸੂਰਤੀ ਟੀਵੀ ਸੰਗਰੂਰ ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ ਦੇਸ਼ ਵਿਦੇਸ਼ ਚ ਬੈਠੇ ਸਾਨੂੰ ਵਟਸਐਪ ਤੇ ਵੀ ਕਾਲ ਕਰ ਸਕਦੇ ਨੇ ਘਰ ਬੈਠੇ 11 ਮਿੰਟਾਂ ਚ 101% ਦੀ ਗਰੰਟੀ ਨਾਲ ਸਮਾਧਾਨ ਵਸ਼ਿਕਰਨ ਤੇ ਮੁਟਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਬਰਕਤ ਔਲਾਦ ਕਿਹੜੇ ਤੋਂ ਬਾਅਦ ਹੋਣਾ ਕੋਰਟ ਕੇਸ ਤਲਾਕ ਪ੍ਰਾਪਰਟੀ ਡਿਸਪਿਊਟ ਗੁਪਤ ਰੋਗ ਪੁਰਾਣਾ ਦਰਦ ਪਤੀ ਪਤਨੀ ਚੰਨ ਬੰਦ ਜਾਦੂ ਟੋਣਾ ਮਨਮੋਣੀ ਵਸ਼ਿਕਰਨ ਕਰਵਾਓ ਚਾਤ ਤੋੜਵੋਨਾ ਸੋਤਨ ਦੁਸ਼ਮਨ ਤੋਂ छुटਕਾਰਾ ਸਦਾ ਲਈ ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ ਬਾਬਾ ਯਾਮੀਨ ਬੰਗਾਲੀ 9643503221